ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਹੁਣ ਮੈਡਲ ਨਹੀਂ ਮਿਲੇਗਾ। CAS ਨੇ ਅਰਜ਼ੀ ਨੂੰ ਰੱਦ ਕੀਤਾ। ਦੱਸਦੀ ਹੈ ਕਿ ਜੁਆਇੰਟ ਸਿਲਵਰ ਮੈਡਲ ਦੀ ਮੰਗ ਕੀਤੀ ਗਈ ਸੀ। ਫਾਈਨਲ ਤੋਂ ਪਹਿਲਾਂ ਵਿਨੇਸ਼ ਨੂੰ ਡਿਸਕੁਆਲੀਫਾਈ ਕੀਤਾ ਗਿਆ ਸੀ। 100 ਗ੍ਰਾਮ ਭਾਰ ਵੱਧ ਹੋਣ ਕਰਕੇ ਉਹ ਮੈਚ ਨਹੀਂ ਖੇਡ ਸਕੀ। ਤਾਂ ਹੁਣ ਭਾਰਤੀਆਂ ਨੂੰ ਉਮੀਦਾਂ ਸੀ ਕਿ ਇੱਕ ਮੈਡਲ ਵਿਨੇਸ਼ ਫੋਗਾਟ ਨੂੰ ਜ਼ਰੂਰ ਮਿਲੇਗਾ, ਪਰ CAS ਨੇ ਵਿਨੇਸ਼ ਫੋਗਾਟ ਦੀ ਅਰਜ਼ੀ ਨੂੰ ਰੱਦ ਕੀਤਾ ਹੈ। ਤਾਂ ਦੂਜੇ ਬੰਨੇ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਵੀ ਲੈ ਲਿਆ ਸੀ। ਆਪਣੇ ਟਵਿੱਟਰ ਹੈਂਡਲ ਤੇ ਇਹ ਜਾਣਕਾਰੀ ਦੇ ਦਿੱਤੀ ਸੀ, ਅਲਵਿਦਾ ਕੁਸ਼ਤੀ। ਤਾਂ ਭਾਰਤੀਆਂ ਨੂੰ ਇਹ ਆਸਾਂ ਸਨ ਕਿ ਹੁਣ ਇੱਕ ਮੈਡਲ ਆ ਜਿਹੜਾ ਉਹ ਵਿਨੇਸ਼ ਫੋਗਾਟ ਨੂੰ ਜ਼ਰੂਰ ਮਿਲੇਗਾ, ਪਰ CAS ਨੇ ਵਿਨੇਸ਼ ਫੋਗਾਟ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਦੱਸਦੇ ਕਿ ਫਾਈਨਲ ਮੈਚ ਤੋਂ ਪਹਿਲਾਂ ਵਿਨੇਸ਼ ਫੋਗਾਟ ਦਾ 100 ਗ੍ਰਾਮ ਭਾਰ ਵੱਧ ਹੋ ਗਿਆ, ਬਸ ਇਸੇ ਕਰਕੇ ਉਹ ਮੈਚ ਆਪਣਾ ਨਹੀਂ ਖੇਡ ਸਕੇ। ਪਰ ਹੁਣ ਉਹਨਾਂ ਦੇ ਵੱਲੋਂ ਅਰਜ਼ੀ ਆ ਜਿਹੜੀ ਦਾਖਲ ਕੀਤੀ ਗਈ ਸੀ ਕਿ ਜੁਆਇੰਟ ਸਿਲਵਰ ਮੈਡਲ ਆ ਜਿਹੜਾ ਉਹ ਦਿੱਤਾ ਜਾਵੇ, ਪਰ CAS ਨੇ ਉਹਨਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। 50 ਕਿਲੋ ਭਾਰ ਵਰਗ ਦੇ ਵਿੱਚ ਵਿਨੇਸ਼ ਫੋਗਾਟ ਕੁਸ਼ਤੀ ਲੜ ਰਹੇ ਸਨ। ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਹੁਣ ਮੈਡਲ ਨਹੀਂ ਮਿਲੇਗਾ। CAS ਨੇ ਅਰਜ਼ੀ ਨੂੰ ਰੱਦ ਕੀਤਾ। ਦੱਸਦੀ ਹੈ ਕਿ ਜੁਆਇੰਟ ਸਿਲਵਰ ਮੈਡਲ ਦੀ ਮੰਗ ਕੀਤੀ ਗਈ ਸੀ। ਫਾਈਨਲ ਤੋਂ ਪਹਿਲਾਂ ਵਿਨੇਸ਼ ਨੂੰ ਡਿਸਕੁਆਲੀਫਾਈ ਕੀਤਾ ਗਿਆ ਸੀ। 100 ਗ੍ਰਾਮ ਭਾਰ ਵੱਧ ਹੋਣ ਕਰਕੇ ਉਹ ਮੈਚ ਨਹੀਂ ਖੇਡ ਸਕੀ। ਤਾਂ ਹੁਣ ਭਾਰਤੀਆਂ ਨੂੰ ਉਮੀਦਾਂ ਸੀ ਕਿ ਇੱਕ ਮੈਡਲ ਵਿਨੇਸ਼ ਫੋਗਾਟ ਨੂੰ ਜ਼ਰੂਰ ਮਿਲੇਗਾ, ਪਰ CAS ਨੇ ਵਿਨੇਸ਼ ਫੋਗਾਟ ਦੀ ਅਰਜ਼ੀ ਨੂੰ ਰੱਦ ਕੀਤਾ ਹੈ। ਤਾਂ ਦੂਜੇ ਬੰਨੇ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਵੀ ਲੈ ਲਿਆ ਸੀ। ਆਪਣੇ ਟਵਿੱਟਰ ਹੈਂਡਲ ਤੇ ਇਹ ਜਾਣਕਾਰੀ ਦੇ ਦਿੱਤੀ ਸੀ, ਅਲਵਿਦਾ ਕੁਸ਼ਤੀ। ਤਾਂ ਭਾਰਤੀਆਂ ਨੂੰ ਇਹ ਆਸਾਂ ਸਨ ਕਿ ਹੁਣ ਇੱਕ ਮੈਡਲ ਆ ਜਿਹੜਾ ਉਹ ਵਿਨੇਸ਼ ਫੋਗਾਟ ਨੂੰ ਜ਼ਰੂਰ ਮਿਲੇਗਾ, ਪਰ CAS ਨੇ ਵਿਨੇਸ਼ ਫੋਗਾਟ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਦੱਸਦੇ ਕਿ ਫਾਈਨਲ ਮੈਚ ਤੋਂ ਪਹਿਲਾਂ ਵਿਨੇਸ਼ ਫੋਗਾਟ ਦਾ 100 ਗ੍ਰਾਮ ਭਾਰ ਵੱਧ ਹੋ ਗਿਆ, ਬਸ ਇਸੇ ਕਰਕੇ ਉਹ ਮੈਚ ਆਪਣਾ ਨਹੀਂ ਖੇਡ ਸਕੇ। ਪਰ ਹੁਣ ਉਹਨਾਂ ਦੇ ਵੱਲੋਂ ਅਰਜ਼ੀ ਆ ਜਿਹੜੀ ਦਾਖਲ ਕੀਤੀ ਗਈ ਸੀ ਕਿ ਜੁਆਇੰਟ ਸਿਲਵਰ ਮੈਡਲ ਆ ਜਿਹੜਾ ਉਹ ਦਿੱਤਾ ਜਾਵੇ, ਪਰ CAS ਨੇ ਉਹਨਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। 50 ਕਿਲੋ ਭਾਰ ਵਰਗ ਦੇ ਵਿੱਚ ਵਿਨੇਸ਼ ਫੋਗਾਟ। ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਹੁਣ ਮੈਡਲ ਨਹੀਂ ਮਿਲੇਗਾ। CAS ਨੇ ਅਰਜ਼ੀ ਨੂੰ ਰੱਦ ਕੀਤਾ। ਦੱਸਦੀ ਹੈ ਕਿ ਜੁਆਇੰਟ ਸਿਲਵਰ ਮੈਡਲ ਦੀ ਮੰਗ ਕੀਤੀ ਗਈ ਸੀ। ਫਾਈਨਲ ਤੋਂ ਪਹਿਲਾਂ ਵਿਨੇਸ਼ ਨੂੰ ਡਿਸਕੁਆਲੀਫਾਈ ਕੀਤਾ ਗਿਆ ਸੀ। 100 ਗ੍ਰਾਮ ਭਾਰ ਵੱਧ ਹੋਣ ਕਰਕੇ ਉਹ ਮੈਚ ਨਹੀਂ ਖੇਡ ਸਕੀ। ਤਾਂ ਹੁਣ ਭਾਰਤੀਆਂ ਨੂੰ ਉਮੀਦਾਂ ਸੀ ਕਿ ਇੱਕ ਮੈਡਲ ਵਿਨੇਸ਼ ਫੋਗਾਟ ਨੂੰ ਜ਼ਰੂਰ ਮਿਲੇਗਾ, ਪਰ CAS ਨੇ ਵਿਨੇਸ਼ ਫੋਗਾਟ ਦੀ ਅਰਜ਼ੀ ਨੂੰ ਰੱਦ ਕੀਤਾ ਹੈ। ਤਾਂ ਦੂਜੇ ਬੰਨੇ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਵੀ ਲੈ ਲਿਆ ਸੀ। ਆਪਣੇ ਟਵਿੱਟਰ ਹੈਂਡਲ ਤੇ ਇਹ ਜਾਣਕਾਰੀ ਦੇ ਦਿੱਤੀ ਸੀ, ਅਲਵਿਦਾ ਕੁਸ਼ਤੀ। ਤਾਂ ਭਾਰਤੀਆਂ ਨੂੰ ਇਹ ਆਸਾਂ ਸਨ ਕਿ ਹੁਣ ਇੱਕ ਮੈਡਲ ਆ ਜਿਹੜਾ ਉਹ ਵਿਨੇਸ਼ ਫੋਗਾਟ ਨੂੰ ਜ਼ਰੂਰ ਮਿਲੇਗਾ, ਪਰ CAS ਨੇ ਵਿਨੇਸ਼ ਫੋਗਾਟ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਦੱਸਦੇ ਕਿ ਫਾਈਨਲ ਮੈਚ ਤੋਂ ਪਹਿਲਾਂ ਵਿਨੇਸ਼ ਫੋਗਾਟ ਦਾ 100 ਗ੍ਰਾਮ ਭਾਰ ਵੱਧ ਹੋ ਗਿਆ, ਬਸ ਇਸੇ ਕਰਕੇ ਉਹ ਮੈਚ ਆਪਣਾ ਨਹੀਂ ਖੇਡ ਸਕੇ। ਪਰ ਹੁਣ ਉਹਨਾਂ ਦੇ ਵੱਲੋਂ ਅਰਜ਼ੀ ਆ ਜਿਹੜੀ ਦਾਖਲ ਕੀਤੀ ਗਈ ਸੀ ਕਿ ਜੁਆਇੰਟ ਸਿਲਵਰ ਮੈਡਲ ਆ ਜਿਹੜਾ ਉਹ ਦਿੱਤਾ ਜਾਵੇ, ਪਰ CAS ਨੇ ਉਹਨਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। 50 ਕਿਲੋ ਭਾਰ ਵਰਗ ਦੇ ਵਿੱਚ ਵਿਨੇਸ਼ ਫੋਗਾਟ ਕੁਸ਼ਤੀ ਲੜ ਰਹੇ ਸਨ।